ਜੀ ਢਿੱਲੋਂ ਸਾਹਿਬ ਅੱਜ ਪਿੰਡ ਦੇ ਦੌਰੇ ਵਿੱਚ ਪਹੁੰਚੇ ਹੋ। ਇੱਥੇ ਦੇਖੋ ਮੈਂ ਤਾਂ ਤਕਰੀਬਨ ਡੇਲੀ 6-7 ਪਿੰਡ ਕੱਢਦਾ, ਲੇਕਿਨ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਨੇ। ਜਿੱਥੇ ਵੀ ਜਾਂਦੇ ਹਾਂ ਲੋਕ ਸਮੱਸਿਆਵਾਂ ਨਾਲ ਘਿਰੇ ਹੋਏ ਨੇ। ਇੱਥੇ ਜਿਹੜੀ ਜੰਗੀਰਪੁਰ ਰੋਡ ਹੈ, ਪਿਛਲੇ 5 ਸਾਲ ਵੀ ਕਾਂਗਰਸ ਦੇ ਨਿਕਲ ਗਏ, ਹੁਣ 2 ਸਾਲ ਇਹ ਨਿਕਲ ਗਏ, ਬਹੁਤ ਮਾੜੀ ਹਾਲਤ ਹੈ। ਸੀਵਰੇਜ ਹੈ, ਅਸੀਂ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਸੀਵਰੇਜ ਪਾਇਆ ਸੀ, ਲੇਕਿਨ ਅੱਜ ਸੀਵਰੇਜ ਦੀ ਸਫਾਈ ਦਾ ਨਾਂ ਨਿਸ਼ਾਨ ਵੀ ਹੈ ਨਹੀਂ। ਜਦਕਿ ਕੋਈ ਇਹ ਸੀਵਰੇਜ ਕੋਈ ਗੈਰ ਕਾਨੂੰਨੀ ਸੀ, ਸਾਰੀਆਂ ਜਿਹੜੀਆਂ ਕਾਰਪੋਰੇਸ਼ਨਾਂ ਹੋਰ ਸਾਰੇ ਮਹਿਕਮਿਆਂ ਤੋਂ ਮਨਜ਼ੂਰੀ ਲੈ ਕੇ ਸਰਕਾਰ ਨੇ ਪਾਇਆ। ਲੇਕਿਨ ਜੇ ਕਿਸੇ ਸਰਕਾਰ ਨੇ ਕੋਈ ਪ੍ਰੋਜੈਕਟ ਲੋਕਾਂ ਨੂੰ ਦਿੱਤਾ ਹੈ, ਉਹ ਪ੍ਰੋਜੈਕਟ ਨੂੰ ਸੰਭਾਲ ਕੇ ਰੱਖਣਾ ਜਿਹੜੀਆਂ ਬਾਅਦ ਦੇ ਸਰਕਾਰਾਂ ਆਉਂਦੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਬਣ। ਸੋ ਸੀਵਰੇਜ ਦੀ ਬੜੀ ਵੱਡੀ ਸਮੱਸਿਆ, ਬਾਕੀ ਸੀਵਰੇਜ ਸਹੀ ਚੱਲ ਰਹੇ ਨੇ, ਲੇਕਿਨ ਆਹ ਜਿਹੜੀਆਂ ਸੁਰਜੀਤ ਕਲੋਨੀ, ਗੌਤਮ ਕਲੋਨੀ, ਇਹਨਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ, ਇਹ ਬੜੀ ਵੱਡੀ ਸਮੱਸਿਆ। ਜੰਗੀਰਪੁਰ ਰੋਡ ਦੀ ਬੜੀ ਵੱਡੀ ਸਮੱਸਿਆ, ਹੋਰ ਕਾਫੀ ਸਾਰੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ, ਉਹ ਸਮੱਸਿਆ ਮੈਂ ਸੁਣਨ ਵਾਸਤੇ ਮੈਂ ਸਭ ਪਾਰਟੀਆਂ ਨੇ ਅਲੱਗ ਅਲੱਗ ਵੋਟ ਤਾਂ ਲਾ ਤੇ ਵੀ ਸੜਕ ਬਣ ਗਈ ਆ, ਬਣ ਰਹੀ ਆ, ਪਰ ਹਾਲਾਤ ਬੜੇ ਮਾੜੇ ਆ, ਕਿਵੇਂ ਦੇਖਦੇ ਇਹਨਾਂ ਨੂੰ? 18 ਮਹੀਨੇ ਯਾਰ ਦੇਖੋ, ਜਿਹੜੇ ਬੋਰਡ ਲਾਉਂਦੇ ਆ ਭਾਈ, ਬੋਰਡ ਲਾਉਣ ਵਾਲਿਆਂ ਨੂੰ ਤਾਂ ਮੈਂ ਰੋਕ ਨਹੀਂ ਸਕਦਾ, ਲੇਕਿਨ ਮੈਂ ਕਹਿ ਸਕਦਾ ਵੀ ਸਾਡੀ ਸਰਕਾਰ ਦੇ ਮੌਕੇ ਤਕਰੀਬਨ ਸਾਰੇ ਰਸਤੇ ਪਿੰਡਾਂ ਦੇ, ਸਾਰੀਆਂ ਸੜਕਾਂ ਬੜੀਆਂ ਟੌਪ ਦੀਆਂ ਬਣੀਆਂ ਹੋਈਆਂ ਸੀ। ਕਿਤੇ ਨੂੰ ਕੋਈ ਬਿਜਲੀ ਦੀਆਂ ਤਾਰਾਂ ਸੀ ਲਮਕਦੀਆਂ, ਕੋਈ ਟਰਾਂਸਫਾਰਮਰ ਦੀ ਕੋਈ ਕਮੀ ਨਹੀਂ ਸੀ। ਹੁਣ ਥਾਂ ਥਾਂ 'ਤੇ ਇਹਨਾਂ ਦੇ ਹੋਰ ਬੜੀਆਂ ਸਾਰੀਆਂ ਮੈਨੂੰ ਕਮੀਆਂ ਦੱਸੀਆਂ ਨੇ, ਅਤੇ ਸੁਣ ਕੇ ਦੁੱਖ। ਜੋ ਸ਼੍ਰੋਮਣੀ ਅਕਾਲੀ ਦਲ ਨੂੰ ਨੀਲੇ ਕਾਰਡ ਲੋਕਾਂ ਦੇ ਬਣਾਏ ਗਏ ਸੀਗੇ, ਨੀਲੇ ਕਾਰਡ ਵੀ, ਹਾਂ ਨੀਲੇ ਕਾਰਡ ਦਾ ਮੈਨੂੰ ਪਤਾ ਲੱਗਿਆ ਵੀ ਸਾਡੇ ਮੌਕੇ ਤਾਂ ਕਣਕ ਦੇ ਨਾਲ ਕਾਲੇ ਛੋਲੇ ਵੀ ਮਿਲਦੇ ਸੀ। ਇਹ ਕਹਿੰਦੇ ਕਾਲੇ ਛੋਲੇ ਤਾਂ ਮਿਲਣੇ ਕੀ ਰਹੇ, ਸਾਡੇ ਤਾਂ ਲੋਕਾਂ ਦੇ ਨੀਲੇ ਕਾਰਡ ਹੀ ਕਾਫੀ ਘੱਟਤੇ। ਸੋ ਤਾਂ ਮੈਂ ਸਮਝਦਾ ਜਿਹੜੇ ਸਰਕਾਰਾਂ ਬਣਦੀਆਂ ਨੇ ਗਰੀਬਾਂ ਦੀ ਰਾਖੀ ਵਾਸਤੇ ਬਣਦੀਆਂ ਨੇ, ਇਹ ਧੱਕੇ ਨਹੀਂ ਹੋਏ। ਦੇਖੋ ਗੱਲ ਇਹ ਹੈ, ਅਸੀਂ ਤਾਂ ਸਰਕਾਰ ਨੂੰ ਸੁਚੇਤ ਕਰ ਸਕਦੇ ਹਾਂ, ਪਰ ਅਸੀਂ ਆਪਣੀ ਜ਼ਿੰਮੇਵਾਰੀ ਲੈ ਸਕਦੇ ਹਾਂ। ਅਕਾਲੀ ਦਲ ਦੀ ਸਰਕਾਰ ਆਵੇ, ਇਹ ਸਾਰੇ ਮਸਲੇ ਹੱਲ ਕਰਾਂ। ਹਾਂਜੀ ਸਰ, ਅੱਜ ਢਿੱਲੋਂ ਸਾਹਿਬ ਪਹੁੰਚੇ ਨੇ ਜਗੀਰਪੁਰ ਰੋਡ ਦੇ ਉੱਤੇ, ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਪਿੰਡਾਂ ਦਾ ਦੌਰਾ ਹੋ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਪੰਜਾਬ ਹਲਕਾ ਸਾਹਨੇਵਾਲ, ਅੱਜ ਇੱਥੇ ਆਏ ਆ ਵਰਕਰ ਮਿਲਣੀ ਵਾਸਤੇ। ਕਾਫੀ ਲੰਬੇ ਸਮੇਂ ਤੋਂ ਬਾਅਦ ਕੁਛ ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ, ਕੁਛ ਰੁਝੇਵਿਆਂ ਕਰਕੇ ਨਾ ਆ ਸਕੇ, ਪਰ ਅੱਜ ਇੱਥੇ ਪਹੁੰਚੇ ਨੇ। ਅਸੀਂ ਉਸ ਇੱਥੇ ਪਹੁੰਚੇ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਅਤੇ ਆਪਣੇ ਇਲਾਕੇ ਵੱਲੋਂ, ਪੂਰੇ ਇਲਾਕੇ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਤੇ ਵਰਕਰਾਂ 'ਚ ਜੋ ਸੀਗਾ ਵੀ ਜੋ ਢਿੱਲੋਂ ਸਾਹਿਬ ਪਹੁੰਚੇ ਆ, ਵੀ ਸ਼ਾਇਦ ਉਹ ਜਿੱਦਾਂ ਪਹਿਲੇ ਮੰਤਰੀ ਸੀਗੇ ਉਸੇ ਤਰ੍ਹਾਂ ਹੀ ਸਾਬਕਾ ਮੰਤਰੀ ਨਹੀਂ ਸਮਝਦੇ, ਜਿਹੜਾ ਵਰਕਰਾਂ ਦਾ ਜੋ ਸੀਗਾ ਉਹਨਾਂ ਦਾ ਉਸੇ ਤਰ੍ਹਾਂ ਵਰਕਰਾਂ ਦਾ ਜੋ ਸੀਗਾ ਵੀ ਉਹ ਮੌਜੂਦਾ ਹੀ ਮੰਤਰੀ ਨੇ। ਰਾਹੋਂ ਰੋਡ ਦੇ ਮੁੱਦਿਆਂ ਨੂੰ ਕਿਵੇਂ ਦੇਖਦੇ ਆ? ਬੜਾ ਹਾਲਾਤ ਮਾੜਾ ਬਣਿਆ ਪਿਆ ਵਾ, ਤੁਸੀਂ ਵੀ ਸੰਘਰਸ਼ ਕੀਤਾ, ਕਾਫੀ ਧਰਨੇ ਲਾਉਣੇ ਪਏ, ਭਾਰਤੀ ਕਿਸਾਨ ਯੂਨੀਅਨ ਦੀ ਪੂਰੀ ਸਮੁੱਚੀ ਟੀਮ ਲੱਗੀ ਦੀ ਨਾਲ। ਅਸੀਂ ਰਾਹੋਂ ਰੋਡ, ਭਾਰਤੀ ਕਿਸਾਨ ਯੂਨੀਅਨ ਚੜੂਨੀ, ਸਰਦਾਰ ਦਲਬਾਗ ਸਿੰਘ ਗਿੱਲ ਅਤੇ ਸਮੂਹ ਇਲਾਕੇ ਦੀਆਂ ਪੰਚਾਇਤਾਂ, ਸਾਬਕਾ ਪੰਚਾਇਤਾਂ, ਮੌਜੂਦਾ ਸਰਪੰਚ, ਕੁਛ ਪੰਚਾਇਤਾਂ, ਉਹਨਾਂ ਟੋਲ ਪਲਾਜ਼ਾ ਬੰਦ ਕਰਕੇ ਉੱਥੇ ਧਰਨਾ ਲਾਇਆ। ਮੌਕੇ ਦੇ ਉੱਤੇ PWD ਵਾਲੇ ਵੀ ਆਏ, ਪਰ ਅਸੀਂ ਉਹਨਾਂ ਦੀ ਗੱਲ ਨਹੀਂ ਮੰਨੀ। ADC, ADM ਸਾਹਿਬ, IS ਰਜਿੰਦਰ ਸਿੰਘ, ਉਹਨਾਂ ਨੇ ਆ ਕੇ ਸਾਨੂੰ ਵਿਸ਼ਵਾਸ ਦਵਾਇਆ ਵੀ ਜਿਹੜੇ ਰਾਮ ਰੋਡ ਦੀ ਸਮੱਸਿਆ ਵਾ ਉਹਦਾ ਕੱਲ੍ਹ ਨੂੰ ਟੈਂਡਰ ਲਾਤਾ ਜਾਵੇ। ਜੋ ਉਹਨਾਂ ਨੇ ਵਿਸ਼ਵਾਸ ਦਵਾਇਆ ਸੀਗਾ ਉਹ ਵਿਸ਼ਵਾਸ ਉਹਨਾਂ ਨੇ ਪੂਰਾ ਕੀਤਾ। ਕਿੰਨੇ ਕੁ ਦਿਨ ਤੱਕ, ਕਿੰਨੇ ਕੁ ਸਮੇਂ ਤੱਕ ਇਹ ਹਾਲਾਤ ਸੁਧਰ ਜਾਣਗੇ? ਕਿਉਂਕਿ ਦੇਖਿਆ ਜਾਵੇ ਤਾਂ ਲੋਕ ਬੜੇ ਡਿੱਗਦੇ ਨੇ, ਬੜੇ ਐਕਸੀਡੈਂਟ ਹੁੰਦੇ, ਕਿਸੇ ਦਾ ਕੱਲ੍ਹ ਨੂੰ ਜਾਨੀ ਨੁਕਸਾਨ ਵੀ ਹੋ ਸਕਦਾ। ਜਿਹੜੇ ਟੈਂਡਰ ਦੇ 21 ਦਿਨ ਦਾ ਟੈਂਡਰ ਹੁੰਦਾ ਅਤੇ ਉਸ ਤੋਂ ਬਾਅਦ ਕੁਛ ਦਿਨ ਹੋਰ ਲੱਗ ਜਾਂਦੇ ਆ, ਸਾਨੂੰ ਮਹੀਨੇ ਸਵਾ ਮਹੀਨੇ ਵਿੱਚ ਉਹਨਾਂ ਨੇ ਸਾਨੂੰ ਜੋ ਜੇ ਸਾਨੂੰ ਯਕੀਨ ਦਵਾਇਆ ਟੈਂਡਰ ਲੱਗ ਗਿਆ, ਕੰਪਨੀ ਨੂੰ ਟੈਂਡਰ ਜਾਰੀ ਹੋ ਜਾਣਾ ਵਾ ਅਤੇ ਮਹੀਨੇ ਸਵਾ ਮਹੀਨੇ ਤੱਕ ਕੰਮ ਸ਼ੁਰੂ ਹੋ ਜਾਏਗਾ। ਤੁਹਾਡੇ ਹਲਕੇ ਦੇ ਵਿੱਚ ਕਿੰਨੇ ਕੁ ਕਾਰਡ ਲੋਕਾਂ ਦੇ ਕੱਟੇ ਗਏ? ਨੀਲੇ ਕਾਰਡ ਜਿਹੜੇ ਜ਼ਰੂਰਤਮੰਦ ਪਰਿਵਾਰ ਸੀਗੇ ਅਤੇ ਉਹਨਾਂ ਦੇ ਕਾਰਡ ਕੱਟੇ ਗਏ, ਬੜੇ ਹਾਲਾਤ ਮਾੜੇ ਹੋਏ, ਬੜੇ ਔਖੇ ਟਾਈਮ ਕੱਢ ਰਹੇ ਨੇ ਅਗਲੇ? ਸਾਡੇ ਵਾਲੇ ਕਾਰਡ ਕੱਟੇ ਗਏ, ਕੋਈ ਜ਼ਿਆਦਾ ਹਜੇ ਨਹੀਂ ਫਿਲਹਾਲ ਕੱਟਣ ਹੋਏ, ਥੋੜ੍ਹੇ ਬਹੁਤੇ ਕੱਟਣ ਹੋਏ ਆ ਅਤੇ ਹਾਂਜੀ ਕੱਟਣ ਹੋਏ ਕਾਰਡ। ਕਿਵੇਂ ਦੇਖਦੇ ਸਰਕਾਰ ਨੂੰ? ਸਰਕਾਰ ਕਹਿੰਦੀ ਵੀ ਜਿਹੜੇ ਅਮੀਰ ਬੰਦੇ ਉਹਨਾਂ ਦੇ ਕਾਰਡ ਕੱਟੇ ਆ, ਪਰ ਅੱਗੋਂ ਜੇ ਲੋੜ ਵੀ ਤਾਂ ਬਣਾਵਾਂਗੇ ਵੀ। ਕਈ ਲੋੜਵੰਦ ਬੰਦਿਆਂ ਦੇ ਵੀ ਕੱਟੇ ਗਏ ਆ। ਕੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਹਲਕਾ ਸਾਹਨੇਵਾਲ ਦੇ ਵਾਸੀਆਂ ਨੂੰ? ਢਿੱਲੋਂ ਸਾਹਿਬ ਜਿਵੇਂ ਦੌਰਾ ਕਰ ਰਹੇ ਆ, ਆਉਣ ਵਾਲੀਆਂ ਦੁਨੀਆ ਚੋਣਾਂ ਵੀ ਤਿਆਰੀ ਹੋ ਨਹੀਂ? ਅਜੇ ਚੋਣਾਂ ਦੀ ਸੰਬੰਧ ਤਾਂ ਨਹੀਂ ਆਏ ਸੀ, ਉਹ ਵੈਸੇ ਅੱਜ ਵਰਕਰ ਮਿਲਣੀ ਤੌਰ 'ਤੇ ਇੱਥੇ ਆਏ ਸੀਗੇ।